ਹੀ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਦੋ ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਰਿਸ਼ਤੇ ਦੇ ਵਿੱਚ ਦੋਨੋਂ ਦਿਓਰ ਭਰਜਾਈ ਸਨ ਤੇ ਰਾਤ ਵੇਲੇ ਹਮਲਾਵਰਾਂ ਦੇ ਵੱਲੋਂ ਸਿਰ ਦੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਹਨਾਂ ਦੋਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਦਾ ਪਤਾ ਉਦੋਂ ਲੱਗਿਆ ਜਦੋਂ ਘਰ ਦਾ ਦਰਵਾਜ਼ਾ ਤੇ ਤਾਕੀ ਖੁੱਲੀ ਹੋਈ ਦੇਖੀ। ਪਰਿਵਾਰਿਕ ਮੈਂਬਰਾਂ ਨੂੰ ਵੀ ਉਸ ਸਮੇਂ ਹੀ ਪਤਾ ਲੱਗਿਆ ਕਿ ਰਾਤ ਵੇਲੇ ਕੋਈ ਹਮਲਾਵਰ ਆਏ ਨੇ ਅਤੇ ਕਤਲ ਦੀ ਵਾਰਦਾਤ ਕਰਕੇ ਫਰਾਰ ਹੋ ਗਏ ਨੇ। ਹਾਲਾਂਕਿ ਇੱਥੇ ਪਰਿਵਾਰਿਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਸੀ। ਕਤਲ ਦੇ ਪਿੱਛੇ ਦੀ ਵਜ੍ਹਾ ਅੱਜ ਤੱਕ ਸਾਫ਼ ਨਹੀਂ ਹੋਈ ਹੈ, ਪੁਲਿਸ ਜਾਂਚ ਕਰ ਰਹੀ ਹੈ। 70 ਸਾਲਾਂ ਕਿਹਰ ਸਿੰਘ ਅਤੇ ਰਣਜੀਤ ਕੌਰ ਜੋ ਕਿ ਰਿਸ਼ਤੇ ਦੇ ਵਿੱਚ ਦਿਓਰ ਭਰਜਾਈ ਲੱਗਦੇ ਸਨ, ਦੋਹਾਂ ਦਾ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਤੇਜ਼ਧਾਰ ਹਥਿਆਰਾਂ ਦੇ ਨਾਲ ਸਿਰ ਦੇ ਵਿੱਚ ਵਾਰ ਕੀਤੇ ਗਏ ਨੇ। ਇਹ ਮਾਮਲਾ ਮਾਨਸੇ ਦੇ ਪਿੰਡ ਅਹਿਮਦਪੁਰ ਤੋਂ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਪਸਰ ਗਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਹਮਲਾਵਰਾਂ ਨੂੰ ਵੀ ਫੜ ਲਿਆ ਜਾਏਗਾ। ਮੁੱਢਲੀ ਜਾਣਕਾਰੀ 'ਚ ਇਹ ਸਾਹਮਣੇ ਆਇਆ ਕਿ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਬਜ਼ੁਰਗ ਵਿਅਕਤੀ ਤੇ ਬਜ਼ੁਰਗ ਔਰਤ ਉੱਤੇ ਹਮਲਾ ਕੀਤਾ ਗਿਆ। ਸਿਰ ਦੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਗਈਆਂ ਨੇ। ਬੇਰਹਿਮੀ ਨਾਲ ਦੋਨਾਂ ਦਾ ਕਤਲ ਕਰ ਦਿੱਤਾ ਗਿਆ। ਸੋ ਦੋਹਰੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਧਰ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬੀਰਬਲ ਸਿੰਘ, ਜਿਹੜੀ ਇਹ ਰਾਤ ਕਤਲ ਹੋਇਆ, ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ? ਤੜਕੇ 6 ਵਜੇ ਪਤਾ ਲੱਗਿਆ। ਕੀ ਦੇਖਿਆ ਤੁਸੀਂ ਸਵੇਰੇ 6 ਵਜੇ? ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ, ਦੋਨੇ ਬਾਰ ਇੱਧਰਲਾ ਬਾਰ ਵੀ ਖੁੱਲਿਆ ਪਿਆ ਸੀ। ਅੱਛਾ, ਇੱਧਰ ਦੀ ਬੰਦੇ ਆਏ ਨੇ ਜੀ, ਐਂ ਦੇ ਲੈ ਕੱਢ ਕੇ। ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਇਹਨਾਂ ਨੇ ਜਿਹੜਾ ਕੁਛ ਵਾਰ ਕੀਤਾ ਕਿਸੇ ਦੇ? ਸਿਰ 'ਚ ਆ ਜੀ ਇਕੱਲੀ ਸੱਟ, ਅਤੇ ਲੇਡੀ ਦੇ ਮਾਤਾ ਦੇ? ਲੇਡੀ ਜੀ ਦੇ ਵੀ ਸਿਰ 'ਚ ਆ ਜੀ। ਅੱਛਾ, ਤੁਹਾਨੂੰ ਮੇਰਾ ਐਂ ਲੱਗਦਾ ਵੀ ਰਾਤ ਦੀ ਘਟਨਾ ਹੈ? ਹਾਂ ਜੀ। ਤੁਹਾਡੀ ਕੋਈ ਪਹਿਲਾਂ ਕਿਸੇ ਨਾਲ ਕੋਈ ਵੈਰ ਵਿਰੋਧ ਜਾਂ ਕੋਈ ਕਿਸੇ ਕਿਸਮ ਦੀ ਕੋਈ ਤਕਰਾਰਬਾਜ਼ੀ ਪਹਿਲਾਂ ਕੁਛ? ਨਾ ਜੀ। ਕੁਛ ਚਿਰ ਪਹਿਲਾਂ, ਕੋਈ ਸਮਾਂ ਪਹਿਲਾਂ ਕੋਈ ਇਹੋ ਜਿਹੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ? ਨਾ ਜੀ। ਮਾਨਸਾ ਦੇ ਵਿੱਚ ਦੋਹਰੇ ਕਤਲ ਦੀ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਦੋ ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਰਿਸ਼ਤੇ ਦੇ ਵਿੱਚ ਦੋਨੋਂ ਦਿਓਰ ਭਰਜਾਈ ਸਨ ਤੇ ਰਾਤ ਵੇਲੇ ਹਮਲਾਵਰਾਂ ਦੇ ਵੱਲੋਂ ਸਿਰ ਦੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਹਨਾਂ ਦੋਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਦਾ ਪਤਾ ਉਦੋਂ ਲੱਗਿਆ ਜਦੋਂ ਘਰ ਦਾ ਦਰਵਾਜ਼ਾ ਤੇ ਤਾਕੀ ਖੁੱਲੀ ਹੋਈ ਦੇਖੀ। ਪਰਿਵਾਰਿਕ ਮੈਂਬਰਾਂ ਨੂੰ ਵੀ ਉਸ ਸਮੇਂ ਹੀ ਪਤਾ ਲੱਗਿਆ ਕਿ ਰਾਤ ਵੇਲੇ ਕੋਈ ਹਮਲਾਵਰ ਆਏ ਨੇ ਅਤੇ ਕਤਲ ਦੀ ਵਾਰਦਾਤ ਕਰਕੇ ਫਰਾਰ ਹੋ ਗਏ ਨੇ। ਹਾਲਾਂਕਿ ਇੱਥੇ ਪਰਿਵਾਰਿਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਸੀ। ਕਤਲ ਦੇ ਪਿੱਛੇ ਦੀ ਵਜ੍ਹਾ ਅੱਜ ਤੱਕ ਸਾਫ਼ ਨਹੀਂ ਹੋਈ ਹੈ, ਪੁਲਿਸ ਜਾਂਚ ਕਰ ਰਹੀ ਹੈ। 70 ਸਾਲਾਂ ਕਿਹਰ ਸਿੰਘ ਅਤੇ ਰਣਜੀਤ ਕੌਰ ਜੋ ਕਿ ਰਿਸ਼ਤੇ ਦੇ ਵਿੱਚ ਦਿਓਰ ਭਰਜਾਈ ਲੱਗਦੇ ਸਨ, ਦੋਹਾਂ ਦਾ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਤੇਜ਼ਧਾਰ ਹਥਿਆਰਾਂ ਦੇ ਨਾਲ ਸਿਰ ਦੇ ਵਿੱਚ ਵਾਰ ਕੀਤੇ ਗਏ ਨੇ। ਇਹ ਮਾਮਲਾ ਮਾਨਸੇ ਦੇ ਪਿੰਡ ਅਹਿਮਦਪੁਰ ਤੋਂ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਪਸਰ ਗਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਹਮਲਾਵਰਾਂ ਨੂੰ ਵੀ ਫੜ ਲਿਆ ਜਾਏਗਾ। ਮੁੱਢਲੀ ਜਾਣਕਾਰੀ 'ਚ ਇਹ ਸਾਹਮਣੇ ਆਇਆ ਕਿ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਬਜ਼ੁਰਗ ਵਿਅਕਤੀ
ਤੇ ਬਜ਼ੁਰਗ ਔਰਤ ਦੇ ਉੱਤੇ ਹਮਲਾ ਕੀਤਾ ਗਿਆ। ਸਿਰ ਦੇ ਵਿੱਚ ਤੇਜ਼ ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਗਈਆਂ ਨੇ। ਬੇਰਹਿਮੀ ਨਾਲ ਦੋਨਾਂ ਦਾ ਕਤਲ ਕਰ ਦਿੱਤਾ ਗਿਆ। ਸੋ ਦੋਹਰੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਉਧਰ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬੀਰਬਲ ਸਿੰਘ, ਜਿਹੜੀ ਰਾਤ ਕਤਲ ਹੋਇਆ, ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ? ਤੜਕੇ 6 ਵਜੇ ਪਤਾ ਲੱਗਿਆ ਜੀ। ਕੀ ਦੇਖਿਆ ਤੁਸੀਂ ਸਵੇਰੇ 6 ਵਜੇ? ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ, ਦੋਨੇ ਬਾਰ ਇੱਧਰਲਾ ਬਾਰ ਵੀ ਖੁੱਲਿਆ ਪਿਆ ਸੀ। ਅੱਛਾ, ਇੱਧਰ ਦੀ ਬੰਦੇ ਆਏ ਨੇ ਜੀ, ਐਂ ਦੇ ਲਿਖੜ ਗਏ। ਇਹ ਕਿੱਥੇ ਕਿੱਥੇ ਬਜ਼ੁਰਗ ਦੇ, ਕਿੱਥੇ ਇਹਨਾਂ ਨੇ ਜਿਹੜਾ ਕੁਛ ਵਾਰ ਕੀਤਾ ਕਿਸੇ ਨੇ? ਸਿਰ ਚਾ ਜੀ ਇਕੱਲੀ ਸੱਟ। ਅਤੇ ਲੇਡੀ ਦੇ, ਮਾਤਾ ਦੇ? ਲੇਡੀ ਜੀ ਦੇ ਵੀ ਸਿਰ ਚਾ ਜੀ। ਅੱਛਾ, ਤੁਹਾਨੂੰ ਮੇਰਾ ਐਂ ਲੱਗਦਾ ਵੀ ਰਾਤ ਦੀ ਘਟਨਾ ਇਹ? ਹਾਂ ਜੀ। ਤੁਹਾਡੀ ਕੋਈ ਪਹਿਲਾਂ ਕਿਸੇ ਨਾਲ ਕੋਈ ਬੈਰ ਵਿਰੋਧੀ ਜਾਂ ਕੋਈ ਕਿਸੇ ਕਿਸਮ ਦੀ ਕੋਈ ਤਕਰਾਰ ਬਾਜੀ ਪਹਿਲਾਂ ਕੁਛ? ਨਾ ਜੀ। ਕੁਛ ਚਿਰ ਪਹਿਲਾਂ, ਕੋਈ ਸਮਾਂ ਪਹਿਲਾਂ ਕੋਈ ਇਹੋ ਜਿਹੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ? ਨਾ।